मैक्सिमम जेहड़ी सैलरी है पेट्रोल पंप ते 2000 तो मैक्सिमम जेहड़ा 2000 तो हाँ जी 2200 तक जेहड़ा मैक्सिमम। फिर इलाके ते डिपेंड होंदा है क्योंकि कई जगह ते कम होंदी है, कई जगह ते 1400-1500, लेकिन मैक्सिमम बंदा 1800-2000 जेहड़ा ना। छुट्टी वाले दिन सैटरडे संडे जेहड़ा छुट्टी होंदी है ते ओहदे दौरान मशीनां लगियां ने इस जगह ते ਤੁਸੀਂ ਕੰਪਨੀ ਵੱਲੋਂ ਕੰਮ ਕਰਦੇ ਹੋਏ ਬੰਦੇ ਨੂੰ ਮੌਜ ਵੀ ਹੁੰਦੀ, ਨਾਲ ਬੰਦਾ ਸਟੱਡੀ ਵੀ ਕਰ ਸਕਦਾ ਹੈ, ਤਲੀਮ ਵੀ ਕਰ ਸਕਦਾ ਕੰਮ ਦੇ ਦੌਰਾਨ। ਅਸਲਾਮ ਵਾਲੇਕੁਮ ਦੋਸਤੋ, ਇੱਕ ਹੋਰ ਬਾ ਮਕਸਦ ਵੀਡੀਓ ਲੈ ਕੇ ਆਪਕੇ ਖਿਦਮਤ ਮੇਂ ਹਾਜ਼ਰ ਹੈ ਔਰ ਆਜ ਹਮਾਰੇ ਸਾਥ ਮੌਜੂਦ ਹੈ ਮੰਡੀ ਬਹਾਉਦੀਨ ਸੇ ਤਹਿਰੀਨ ਬਾਈ ਔਰ ਆਜ ਹਮ ਇਨਸੇ ਪੁੱਛੇਂਗੇ ਕਿ ਪੈਟਰੋਲ ਪੰਪ ਪੇ ਕਾਮ ਕਰਨਾ ਕੈਸਾ ਹੈ। ਇਟਲੀ ਕੇ ਅੰਦਰ, ਯੂਰਪ ਕੇ ਅੰਦਰ ਕੇ ਕੋਈ ਵੀ ਦੋਸਤ पेट्रोल पंप के ऊपर जॉब करना चाहते हैं या अपना काम स्टार्ट करना चाहते हैं तो यहाँ पे क्या फ्यूचर है? आज का ये इंटरव्यू पंजाबी के अंदर होगा तो आइए आपको मिलवाते हैं तरीम भाई से। दसो देखने वाले कि तुहानू इटली में किन देर हो गया है? मैं इटली में तकरीबन 7 साल हो गए ने। इटली में ही ज़्यादा टाइम जो स्पेंड किया, इस तो अलावा ज़्यादातर जो काफ़ी शहर ने जहाँ का विजिट काम के दौरान जी दूसरी जगह, लेकिन फिलहाल इस टाइम जो है पेट्रोल पंप ते जी। तरीम भाई मैं इतने तुहाड़े को सवाल पूछना चाहवागा कि पेट्रोल पंप ते नौकरी करने से की चीज़ा जरूरी ने और किस तरह तुहानू नौकरी मिल सकती है? इटली में पेट्रोल पंप ते ਤੁਹਾਡੇ ਕੋਲ ਪਰਮੈਸਰ ਸਟੋਰ ਹੋਣੀ ਚਾਹੀਦੀ ਹੈ, ਰੈਜੀਡੈਂਸਾ ਕੁਝ ਫਿਸਕਲ ਜਿਹੜੀ ਇਹਨਾਂ ਦੀ ਰਿਕੁਆਇਰਮੈਂਟ ਹੈ। ਇਸ ਤੋਂ ਇਲਾਵਾ ਤੁਸੀਂ ਜੋਬ ਵਾਸਤੇ ਰਿਕੁਆਇਰਮੈਂਟ ਏਜੰਸੀ ਨਾਲ ਵੀ ਕਰ ਸਕਦੇ ਹੋ। ਅਗਰ ਤੁਹਾਡਾ ਕੋਈ ਦੋਸਤ ਪਾਕਿਸਤਾਨੀ ਜਿਹੜੇ ਕੰਮ ਕਰਦੇ ਨੇ ਉਹਨਾਂ ਦੀ ਰੈਫਰੈਂਸ ਨਾਲ ਵੀ ਤੁਹਾਡਾ ਹੋ ਸਕਦਾ ਕੰਮ। ਜ਼ਬਰਦਸਤ, ਅਤੇ ਜ਼ਿਆਦਾਤਰ ਇਹ ਕਿ ਤੁਸੀਂ ਏਜੰਸੀ ਦੇ ਥਰੂ ਹੀ ਬਿਹਤਰ ਹੋ। ਤਰੀਮ ਭਾਈ ਇੱਕ ਹੋਰ ਸਵਾਲ ਕਿ ਅਗਰ ਤੁਸੀਂ ਇੱਥੇ ਜੋਬ ਕਰਦੇ ਹੋ, ਠੀਕ ਹੈ, ਤੁਸੀਂ ਜੋਬ ਕਰਦੇ ਹੋਏ ਤੁਹਾਨੂੰ ਮੰਥਲੀ ਕਿੰਨੀਆਂ ਛੁੱਟੀਆਂ ਹੁੰਦੀਆਂ ਨੇ? ਯਾਨੀ ਹੋ ਸਕਦਾ ਕਿ ਪਾਕਿਸਤਾਨੀ ਓਨਰ ਵੀ ਹੋਏ ਜਾਂ ਕੋਈ ਇਟਾਲੀਅਨ ਵੀ ਹੋ ਸਕਦਾ, ਤੁਹਾਨੂੰ ਮੰਥਲੀ ਕਿੰਨੇ ਆਫ ਹੁੰਦੇ ਨੇ ਕਿ ਤੁਸੀਂ ਇੱਕ ਮਹੀਨੇ ਵਿੱਚ ਕਿੰਨੇ ਦਿਨ ਤੁਹਾਨੂੰ ਰੈਸਟ ਹੁੰਦਾ? ਮੰਥਲੀ ਤਾਂ ਵੈਸੇ ਤਾਂ ਸਨ ਜਿਹੜਾ ਸੈਚਰਡੇ ਅਤੇ ਸੰਡੇ ਦੀ ਛੁੱਟੀ ਹੁੰਦੀ ਹੈ ਕਿਉਂਕਿ ਸੈਚਰਡੇ ਹਫ਼ਤੇ ਹੁੰਦਾ ਜੀ, ਅਤੇ ਸੰਡੇ ਦੀ ਬਾਕੀ ਇਹਨਾਂ ਦੇ ਜਿਸ ਤਰ੍ਹਾਂ ਦੇ ਫੈਸਟੀਵਲ ਹੁੰਦੇ ਨੇ ਉਹਦੇ ਲਿਹਾਜ਼ ਨਾਲ ਸਨ ਜਿਹੜਾ ਛੁੱਟੀਆਂ ਇਹਨਾਂ ਦੇ ਮੁਤਾਬਿਕ ਹੁੰਦੀਆਂ ਰਹਿੰਦੀਆਂ। ਅਤੇ ਵੈਸੇ ਨਾਰਮਲ ਜਿਹੜਾ ਸੈਚਰਡੇ ਅਤੇ ਸੰਡੇ ਦੀ ਜਿਹੜਾ ਸਨ ਛੁੱਟੀ ਹੈ, ਸੈਚਰਡੇ ਹਫ਼ਤੇ ਅਤੇ ਸੰਡੇ ਜਿਹੜਾ ਮੁਕੰਮਲ ਛੁੱਟੀ ਜੀ। ਤਰੀਮ ਭਾਈ ਇੱਕ ਹੋਰ ਸਵਾਲ ਕਿ ਤੁਸੀਂ ਇਹ ਚੀਜ਼ ਦੱਸਿਓ ਕਿ ਪੈਟਰੋਲ ਪੰਪ ਉੱਤੇ ਨੌਕਰੀ ਕਰਦੇ ਹੋਏ ਸਾਡੇ ਪਾਕਿਸਤਾਨੀ ਔਰ ਇੰਡੀਅਨ ਨੇ ਕੋਈ ਹੋਰ ਵੀ ਨੇ ਜਿਹੜੇ ਇੱਥੇ ਜੋਬ ਕਰਦੇ ਨੇ, ਉਹ ਘੱਟ ਤੋਂ ਘੱਟ ਮਿਨੀਮਮ ਸੈਲਰੀ ਕਿੰਨੀ ਕਮਾ ਸਕਦੇ ਨੇ ਅਤੇ ਮੈਕਸੀਮਮ ਕਿੰਨੇ ਕਿੱਥੋਂ ਤੱਕ ਕਮਾ ਸਕਦੇ ਨੇ? ਮੈਕਸੀਮਮ ਜਿਹੜੀ ਸੈਲਰੀ ਹੈ ਪੈਟਰੋਲ ਪੰਪ 'ਤੇ 2000 ਤੋਂ ਮੈਕਸੀਮਮ ਜਿਹੜਾ 2000 ਤੋਂ ਹਾਂਜੀ 2200 ਤੱਕ ਜਿਹੜਾ ਮੈਕਸੀਮਮ। ਫਿਰ ਇਲਾਕਿਆਂ 'ਤੇ ਡਿਪੈਂਡ ਹੁੰਦਾ ਕਿਉਂਕਿ ਕਈ ਜਗ੍ਹਾ 'ਤੇ ਕੰਮ ਹੁੰਦੀ ਹੈ, ਕਈ ਜਗ੍ਹਾ 'ਤੇ 1400-1500, ਲੇਕਿਨ ਮੈਕਸੀਮਮ ਬੰਦਾ 1800-2000 ਜਿਹੜਾ ਨਾ ਲੈ ਰਹੇ ਨੇ, ਜਾਂ 1800-2000 ਮੁਕੰਮਲ ਜਿਹੜਾ ਇਹਨਾਂ ਦੀ ਸੈਲਰੀ ਆ। ਛੁੱਟੀ ਹੁੰਦੀ ਹੈ, ਛੁੱਟੀ ਵਾਲੇ ਦਿਨ ਲੋਕ ਕਿਸ ਤਰ੍ਹਾਂ ਆ ਕੇ ਇੱਥੋਂ ਪੈਟਰੋਲ ਜਾਂ ਡੀਜ਼ਲ ਪਵਾਉਂਦੇ? ਹਾਂਜੀ, ਛੁੱਟੀ ਵਾਲੇ ਦਿਨ ਸੈਚਰਡੇ ਸੰਡੇ ਜਿਹੜਾ ਛੁੱਟੀ ਹੁੰਦੀ ਹੈ ਅਤੇ ਉਹਦੇ ਦੌਰਾਨ ਮਸ਼ੀਨਾਂ ਲੱਗੀਆਂ ਨੇ ਇਸ ਜਗ੍ਹਾ 'ਤੇ, ਤੁਸੀਂ ਕੰਪਨੀ ਵੱਲੋਂ ਕਾਰਡ ਮਿਲਦੇ ਨੇ ਜਿਹ 'ਚ ਤੁਸੀਂ ਪੇਮੈਂਟ ਜਿਹੜਾ ਤੁਹਾਡੀ ਸੇਵ ਹੁੰਦੀ ਹੈ, ਜਾਂ ਬੈਂਕ ਅਕਾਊਂਟ ਹੁੰਦਾ ਕਾਰਡ ਤੁਹਾਡਾ ਬੈਂਕ ਅਕਾਊਂਟ ਉਹਦੀ ਜਿਹੜਾ ਤੁਸੀਂ ਇੱਥੇ ਪੇਮੈਂਟ ਕਰ ਸਕਦੇ ਹੋ। ਤੁਸੀਂ ਇੱਥੇ ਸਿਲੈਕਟ ਕਰਕੇ ਸਾਰਾ ਕੁਝ ਅਤੇ ਜਿੰਨਾ ਲੀਟਰ ਉਹ ਸਾਡਾ ਤੁਹਾਡੇ ਅਕਾਊਂਟ ਵਿੱਚੋਂ ਆਟੋਮੈਟਿਕਲੀ ਕੱਟਿਆ ਜਾਏਗਾ। ਅਤੇ ਬਾਕੀ ਜਿਹੜਾ ਨਾਰਮਲ ਦਿਨਾਂ ਵਿੱਚ ਤਾਂ ਸਰਵਿਸ ਹੁੰਦੀ ਹੈ ਕੰਪਨੀ ਦੀ ਤਰਫ ਤੋਂ, ਵਰਕਰ ਹੁੰਦੇ ਨੇ ਅਤੇ ਉਹ ਜਿਹੜਾ ਕੰਪਨੀ ਜਿਹੜਾ ਸਾਡੀ ਸਹੂਲਤਾਂ ਦੀ। ਦੱਸੋ ਕਿ ਪੈਟਰੋਲ ਪੰਪ 'ਤੇ ਕੰਮ ਕਰਦੇ ਹੋਏ ਬੰਦੇ ਨੂੰ ਮੌਜ ਵੀ ਹੁੰਦੀ, ਨਾਲ ਬੰਦਾ ਸਟੱਡੀ ਵੀ ਕਰ ਸਕਦਾ ਹੈ, ਤਲੀਮ ਵੀ ਕਰ ਸਕਦਾ? ਕੰਮ ਦੇ ਦੌਰਾਨ ਕੰਮ ਇਸ ਤਰ੍ਹਾਂ ਦਾ ਹੁੰਦਾ ਕਿ ਦੋ ਲੜਕੇ ਹੋਣ, ਇੱਕ ਲੜਕੇ ਹੋਣ, ਜਾਂ ਇਹ 'ਚ ਪਾਰਟ ਟਾਈਮ ਤੁਸੀਂ ਸਟੱਡੀ ਵੀ ਕਰ ਸਕਦੇ ਹੋ। ਤੁਹਾਡੇ ਕੋਲ ਹਰ ਚੀਜ਼ ਮੌਜੂਦ ਹੁੰਦੀ ਹੈ, ਕੰਪਨੀ ਦੀ ਰੈਫਰੈਂਸ ਨਾਲ ਵੀ ਲੈਪਟਾਪ ਹੋ ਗਿਆ, ਟੈਬਲੇਟ ਹੋ ਗਿਆ, ਉਹ ਤੋਂ ਇਲਾਵਾ ਵੀ ਤੁਸੀਂ ਤੁਹਾਡੇ ਕੋਲ ਫੋਨ ਹੁੰਦਾ, ਤੁਸੀਂ ਕੰਮ ਦੇ ਦੌਰਾਨ ਵੀ ਆਪਣਾ ਜਿਹੜਾ ਇਟਾਲੀਅਨ ਸਿੱਖ ਸਕਦੇ ਹੋ, ਉਹ ਤੋਂ ਇਲਾਵਾ ਤੁਸੀਂ ਪਤੰਤ ਕਰ ਸਕਦੇ ਹੋ, ਅਤੇ ਉਹ ਤੁਹਾਡੇ ਬੰਦੇ 'ਤੇ ਖੁਦ 'ਤੇ ਡਿਪੈਂਡ ਹੈ। ਆਹਲਾ ਸਵਾਲ ਤੁਹਾਡੇ ਕੋਲ ਪੁੱਛਾਂਗਾ ਤਰੀਮ ਬਾਈ ਕਿ ਦੇਖਣ ਵਾਲਿਆਂ ਨੂੰ ਇਹ ਚੀਜ਼ ਦੱਸੋ ਕਿ ਤੁਸੀਂ ਜਿਸ ਤਰ੍ਹਾਂ ਕੰਮ ਕਰਦੇ ਪਏ ਇੱਥੇ ਔਰ ਇਸ ਕੰਮ ਨੂੰ ਕਰਦੇ ਕਰਦੇ ਅਗਰ ਤੁਸੀਂ ਕੰਮ ਸਿੱਖ ਜਾਂਦੇ ਹੋ, ਅੱਗੇ ਚੱਲ ਕੇ ਤੁਸੀਂ ਪੈਟਰੋਲ ਪੰਪ ਆਪਣਾ ਵੀ ਸਟਾਰਟ ਕਰ ਸਕਦੇ ਹੋ ਕਿ ਅਗਰ ਅੱਲਾਹ ਤਾਲਾ ਤੁਹਾਨੂੰ ਤੌਫੀਕ ਦੇਵੇ ਇੰਨੇ ਪੈਸੇ ਹੋ ਜਾਵਣ? ਹਾਂਜੀ ਬਿਲਕੁਲ, ਐਕਸਪੀਰੀਅੰਸ 'ਤੇ ਡਿਪੈਂਡ ਹੁੰਦਾ, ਥੋੜ੍ਹਾ ਅਰਸਾ ਤੁਸੀਂ 5 ਸਾਲ 4 ਸਾਲ 2 ਸਾਲ ਤੁਸੀਂ ਇਹ ਕੰਮ ਨੂੰ ਮੁਕੰਮਲ ਸਮਝ ਜਾਂਦੇ ਹੋ, ਫਿਰ ਤੁਸੀਂ ਕੰਪਨੀ ਨਾਲ ਡਾਇਰੈਕਟ ਹੋ ਕੇ ਜਿਹੜਾ ਤੁਸੀਂ ਕੰਮ ਖੁਦ ਆਪ ਵੀ ਸਟਾਰਟ ਕਰ ਸਕਦੇ ਹੋ ਔਰ ਅਤੇ ਤੁਸੀਂ ਆਪਣਾ ਵੀ ਬਣਾ ਸਕਦੇ ਹੋ ਠੇਕੇ 'ਤੇ ਵੀ, ਜਿਹੜਾ ਜਿਕਨ ਪਾਕਿਸਤਾਨੀ ਲਫਜ਼ਾਂ 'ਚ ਠੇਕੇ 'ਤੇ
ਉਹ ਵੀ ਤੁਸੀਂ ਲੈ ਸਕਦੇ ਹੋ ਅਤੇ ਆਪਣਾ ਖੁਦ ਵੀ ਜਿਹੜਾ ਹੈ ਖਰੀਦ ਸਕਦੇ ਹੋ ਜ਼ਬਰਦਸਤ ਲੇਕਿਨ ਓਨਲੀ ਐਕਸਪੀਰੀਅੰਸ ਤੁਹਾਡਾ ਲਾਜ਼ਮੀ ਹੈ ਜਿਹੜਾ ਹਾਂਜੀ ਬਹੁਤ ਸ਼ੁਕਰੀਆ ਤਰੀਮ ਭਾਈ ਕਿ ਤੁਸੀਂ ਇੰਨਾ ਕੀਮਤੀ ਆਪਣਾ ਟਾਈਮ ਦਿੱਤਾ ਆਹੜ 'ਤੇ ਸਾਡੇ ਦੇਖਣ ਵਾਲਿਆਂ ਨੂੰ ਕੋਈ ਪੈਗਾਮ ਦੇਣਾ ਚਾਹੋ ਕਿ ਕੋਈ ਦੋਸਤ ਵੀ ਆਉਣਾ ਚਾਹੁੰਦੇ ਨੇ ਜਾਂ ਨੌਕਰੀ ਕਰਨਾ ਚਾਹੁੰਦੇ ਉਹਨਾਂ ਵਾਸਤੇ ਕੀ ਪੈਗਾਮ ਦੇਣਾ ਚਾਹੋਗੇ ਉਹਨਾਂ ਲਈ ਇਹ ਪੈਗਾਮ ਹੈ ਇਹ ਪਾਕਿਸਤਾਨ ਵੀ ਤਲੀਮ ਜਿਹੜਾ ਹੈ ਬਹੁਤ ਅੱਛੀ ਚੀਜ਼ ਹੈ ਤਲੀਮ ਸਾਰਿਆਂ ਨਾਲ ਪਹਿਲੇ ਔਰ ਤਲਾਬਾ ਜਿੰਨੀ ਕੋਸ਼ਿਸ਼ ਹੋ ਸਕੇ ਸਟੱਡੀ ਵੱਲ ਧਿਆਨ ਅਤੇ ਕਿਉਂਕਿ ਇੱਥੇ ਫਿਊਚਰ ਇਹੀ ਹੁੰਦਾ ਕਿ ਅਗਰ ਬੰਦੇ ਕੋਈ ਇਲਮ ਹੋਵੇ ਸਾਰਾ ਕੁਝ ਬੰਦਾ ਥੋੜ੍ਹਾ ਪੜ੍ਹਿਆ ਲਿਖਿਆ ਹੋਵੇ ਤਾਂ ਇੱਥੇ ਕੰਮ ਸਹੂਲਤਾਂ ਸਾਰਾ ਕੁਝ ਫੈਸਿਲਿਟੀਆਂ ਸਾਰਾ ਕੁਝ ਪਾਕਿਸਤਾਨ ਨਾਲੋਂ ਇੱਥੇ ਬਿਹਤਰ ਮਿਲ ਜਾਂਦੀਆਂ ਅਤੇ ਬਾਕੀ ਦੇਖਣ ਵਾਲਿਆਂ ਸਾਰਾ ਨਹੀਂ ਪੈਗਾਮ ਹੈ ਕਿ ਜਿਹੜਾ ਵੀ ਲੜਕਾ ਆਵੇ ਜੋ ਵੀ ਆਵੇ ਇੱਥੇ ਲੀਗਲ ਜਿਹੜਾ ਬਾਈਅਰ ਡੈਂਕੀਆਂ ਜਾਂ ਇਸ ਤਰ੍ਹਾਂ ਖਤਰਨਾਕ ਤਰੀਕੇ ਨਾਲ ਨਾ ਆਵੇ ਅਤੇ ਪੜ੍ਹਾਈ ਸਟੱਡੀ ਦੀ ਵਜ੍ਹਾ ਤੋਂ ਵੀਜ਼ਾ ਸਟੱਡੀ ਵੀਜ਼ਾ ਕੋਈ ਵੀ ਜਿਹੜਾ ਇਹ ਸਾਰਿਆਂ ਨਾਲ ਪਹਿਲਾਂ ਬਹੁਤ ਸ਼ੁਕਰੀਆ ਤਰੀਮ ਭਾਈ ਤੁਹਾਡਾ ਓਕੇ ਅੱਲਾ ਹਾਫਿਜ਼ ਦੇਖਣ ਵਾਲਿਆਂ ਸਾਰਿਆਂ ਨੂੰ ਸਲਾਮ ਬਹੁਤ ਸ਼ੁਕਰੀਆ ਤੋ ਦੋਸਤੋ ਇਹ ਥਾ ਪੈਗਾਮ ਅੱਜ ਕਿਸ ਵੀਡੀਓ ਮੈਂ ਕਿ ਪੈਟਰੋਲ ਪੰਪ ਕੇ ਉੱਪਰ ਆਪ ਕਰਨੇ ਕੋ ਬਹੁਤ ਕੁਛ ਕਰ ਸਕਤੇ ਹੈ ਬਹੁਤ ਕੁਛ ਹੈ ਯਹਾਂ ਪੇ ਔਰ ਸਾਥ ਸਾਥ ਸਟੱਡੀ ਵੀ ਕਰ ਸਕਤੇ ਹੈ ਔਰ ਇਹ ਤਰੀਮ ਭਾਈ ਔਰ ਇਨਕੇ ਸਾਥ ਇੱਕ ਔਰ ਦੋਸਤ ਹੈ ਪਾਕਿਸਤਾਨੀ ਮੈਂ ਇਨਕਾ ਪਿਆਰ ਹੁਸਨ ਸਲੂਕ ਦੇਖ ਕੇ ਹੈਰਾਨ ਹੂੰ ਕਿ ਇੱਕ ਬਾਈ ਨੇ ਦੂਸਰੇ ਬਾਈ ਕੋ ਬੌਸ ਬਣਾਇਆ ਹੋਇਆ ਇਤਨਾ ਪਿਆਰ ਇਤਨਾ ਇਤਫਾਕ ਹਮਾਰੇ ਆਪਣੀ ਪਾਕਿਸਤਾਨੀ ਕਮਿਊਨਿਟੀ ਕਾ ਤੋ ਇਹ ਚੀਜ਼ ਹੋਤੀ ਹੈ ਕਿ ਜਬ ਦੋ ਦੋਸਤ ਆਪਸ ਮੈਂ ਮਿਲ ਜਾਏ ਤੋ ਆਪ ਬਹੁਤ ਕੁਛ ਕਰ ਸਕਤੇ ਹੋ ਬਹੁਤ ਯਹਾਂ ਪੇ ਸਕੋਪ ਹੈ ਬਹੁਤ ਬਹੁਤ ਕੁਛ ਹੈ ਕਰਨੇ ਕੋ ਲੇਕਿਨ ਬਾਤ ਵਹੀ ਹੈ ਕਿ ਜੋ ਅੱਛਾ ਤਰੀਕਾ ਹੈ ਉਸ ਤਰੀਕੇ ਕੇ ਸਾਥ ਆਏ ਔਰ ਯਹਾਂ ਆ ਕੇ ਆਪ ਬਹੁਤ ਆਗੇ ਜਾ ਸਕਤੇ ਹੈ ਵੈਲ ਯੇ ਥੀ ਇੱਕ ਛੋਟੀ ਸੀ ਵੀਡੀਓ ਉਮੀਦ ਹੈ ਕਿ ਆਪਕੋ ਯੋ ਵੀਡੀਓ ਬਹੁਤ ਪਸੰਦ ਆਈ ਹੋਗੀ ਪਸੰਦ ਆਈ ਹੈ ਤੋ ਬਾਈ ਸਭ ਕੇ ਸਾਥ ਸ਼ੇਅਰ ਕਰੇ ਦੁਆ ਮੇਂ ਯਾਦ ਰੱਖੀਗਾ ਮਿਲਤੇ ਹਮ ਆਪਕੋ ਫਿਰ ਕਿਸੀ ਵੀਡੀਓ ਮੇਂ ਤਬ ਤੱਕ ਮੁਝੇ ਨੇ ਇਜਾਜ਼ਤ ਅੱਲਾ ਹਾਫਿਜ਼।